ਦੱਸਿਆ ਸੀ ਦੱਸਿਆ ਸੀ ਕਿ ਮੈਂਚੈਸਟਰ ਚਲਸਾ ਇੱਥੇ ਅਸਾਂ ਆਏ ਗਿਆ ਰਾਇਲ ਨਵਾਬ ਹੋਟਲ ਪਰ ਸਰ ਜੀ ਸਿਆਮ ਸਾਹਿਬ ਮੌਜੂਦ ਹੈ ਸਰ ਜੀ ਬਰਾਨ ਭਾਈ ਹੈ ਲਾਸਟ ਦਿਨ ਹਮਾਰਾ ਸਟੋਕ ਨੇ ਅੰਦਰ ਉਸ ਨਾਲ ਦੂਸਰਾ ਪਾਰਟ ਸਟਾਰਟ ਆ ਪਹਿਲੇ ਪਾਰਟ ਨੇ ਅੰਦਰ ਨੇ ਸੋ ਕੀ ਵਿਲੇਜ ਲਾਈਫ ਚੱਕ ਰਹੀ ਸੀ ਹੈ ਹੁਣ ਅਸਾਂ ਜਾ ਰਹੇ ਹਾਂ ਜੀ ਤੇ ਇੱਕ ਡੈਮ ਪਰ ਬਿਲਕੁਲ ਅਸਾਂ ਡੈਮ ਨੇ ਕਰੀਬ ਹੀ ਉਸਨੂੰ ਡੈਮ ਚੱਕ ਰਾਸਾਂ ਔਰ ਉਸ ਤੋਂ ਬਾਅਦ ਅੱਜ ਮੈਂ ਕੁਦਰ ਜਾਸਾਂ ਮਲਕਾਤ ਮੇਰਾ ਕਰਸਾਂ ਸਾਰਾ ਕੁਝ ਤੁਸੀਂ ਦੱਸਾਂ ਇਸ ਪਾਰਟ ਨੇ ਅੰਦਰ ਇਸ ਸੈਰ ਚੱਕ ਕਰੋ ਜੀ ਆਸਾਂ ਬਿਲਕੁਲ ਪਹੁੰਚੀ ਆ ਹਾਂ ਇੱਥੇ ਕੋਲ ਗੱਡੀ ਖਿਲਾਉਣੇ ਆ ਚੱਕ ਕਰੋ ਕੋਰਾ ਆ ਕਿੰਨਾ ਤਨਾ ਗੱਡੀ ਖਿਲਾਉਣੇ ਆ ਅਸੀਂ ਚੱਕ ਕਰਾਉਣੇ ਆ ਜਨਾਬ ਮਾਸ਼ਾਅੱਲਾ ਬੜੀ ਜ਼ਬਰਦਸਤ ਜਗ੍ਹਾ ਹੈ ਮਜ਼ੇ ਦੀ ਜਗ੍ਹਾ ਹੈ ਜੀ ਪਰ ਮੈਂ ਕਿੰਨੀ ਗਿਲ ਲੈਣਾ ਸੀ ਇਹ ਆ ਜੀ ਡੈਮ ਹੈ ਇੱਥੇ ਆਏ ਹਾਂ ਚੱਕ ਕਰੋ ਹਵਾ ਝੁੱਲੀ ਪਈ ਹੈ ਕਾਫੀ ਦੇਰ ਇਸ ਡੈਮ ਨੂੰ ਕਹਿਣ ਆਇਆ ਠੀਕ ਹੈ ਇਸ ਜਾਣੇ ਕੀ ਲੈ ਵੀ ਨੇ ਰੱਸੇ ਜੇ ਇਸ ਤਰ੍ਹਾਂ ਬੰਦੇ ਚੱਲੇ ਤਾਂ ਨਹੀਂ ਜੀ ਉਧਰੋਂ ਰਾਤ ਪਾਰ ਨਹੀਂ ਹੋਣੇ ਕਿਤੇ ਇਹ ਲੱਗਣਾ ਸ਼ਾਇਦ ਸਾਹਮਣੇ ਲੈ ਵੀ ਹੋਣੇ ਚੱਕ ਕਰੋ ਹਵਾ ਕਿਤੇ ਤੇਜ਼ ਝੁੱਲੀ ਪਈ ਹੈ ਸਿਰ ਚੱਕ ਕਰੋ ਉੱਪਰ ਪਹਾੜੀਆਂ 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 ਝੁੱਲੇ ਥੱਲੇ ਥੱਲੇ ਜੀ ਤੁਸੀਂ ਚੱਕ ਕਰਾਉਣੇ ਆ ਲਿਖਿਆ ਕਿ ਏਅਰਪੋਰਟ ਸੇਲਿੰਗ ਕਲੱਬ ਤੇ ਸਰਦੀ ਲੋਨ ਵੀ ਹੈ ਹੁਣ ਸਾਨੂੰ ਥੋੜ੍ਹੀ ਜਿਹੀ ਧੁੱਪ ਨਿਕਲਦੀ ਹੈ ਸਖ਼ਤ ਧੁੱਪ ਕੋਈ ਨਹੀਂ ਆ ਲੇਕਿਨ ਥੋੜ੍ਹੀ ਥੋੜ੍ਹੀ ਆਈ ਖੂਹ ਆ ਇਸੇ ਤਰ੍ਹਾਂ ਲਾਉਣਾ ਕਿਆ ਨੇ ਇਸਨੇ ਬੜੀ ਹਾਨੇ ਜਲਾ ਪਾਣੀ ਜਲਾ ਫੁੱਲ ਹੋਣਾ ਉਹਦਾ ਹੱਥਾ ਜਾਣਾ ਜਲਾ ਠੀਕ ਹੈ ਚੱਕਰ ਚੱਕਰ ਪੂਰੇ ਯਕੀਨ ਕਰੋ ਇਤਨੀ ਜ਼ਿਆਦਾ ਸਰਦੀ ਸਰਦੀ ਲੱਗਣੀ ਹੋਣੀ ਠੀਕ ਆ ਇਸ ਸਹੀ ਤੇ ਨਹੀਂ ਹੋਣਾ ਇਹ ਜਿਹੜਾ ਏਰੀਆ ਹੈ ਇਧਰ ਹੀ ਬਰੇ ਬਰੇ ਤਗਰੇ ਮਕਾਨ ਹੈ ਚੱਕ ਕਰੋ ਸੈਡੀ ਬਰੇ ਬਰੇ ਸੇਨੇ ਨੇ ਐਸੇ ਕੁਝ ਦਿਨ ਪਹਿਲੇ ਮੈਂ ਵੀਡੀਓ ਬਣਾਈ ਸੀ ਤੁਸੀਂ ਦੱਸਿਆ ਸੀ ਹੈ ਵੈਕਮ ਨੇ ਅੰਦਰ ਅਮੀਰ ਤਰੀਨ ਏਰੀਆ ਹੋ ਇਸ ਸਰ ਚੱਕ ਕਰੋ ਇਹਨਾਂ ਨੇ ਕਾਫੀ ਬੜੇ ਬੜੇ ਸੀਨ ਨੇ ਇੱਧਰ ਵੀ ਇਸ ਤਰ੍ਹਾਂ ਮਕਾਨ ਆਏ ਸਾਈਡ ਪਰ ਚੱਕ ਕਰੋ ਇਸ ਸਾਈਡ ਇਸ ਸਰ ਚੱਕ ਕਰੋ ਇਸ ਸਰ ਚੱਕ ਕਰੋ ਇਸ ਨੂੰ ਕਿਤਨਾ ਬੜਾ ਕੱਟਣਾ ਕਿਤਨਾ ਬੜਾ ਮਕਾਨ ਆਏ ਉਸ ਤੋਂ ਬਾਅਦ ਅਸਾਂ ਆ ਗਏ ਜੀ ਸ਼ੈਲਟਰ ਇੱਥੇ ਖਾਣਾ ਖਾਣੇ ਮਾਰੇ ਇੱਕ ਜਗ੍ਹਾ ਆਏ ਆ ਸ਼ੈਲਟਰ ਸ਼ੈਲਟਰ ਰੇਡੀਓ ਸਟੇਸ਼ਨ ਆ ਸਿਗਨਲ 1 ਅੱਛਾ ਰੇਡੀਓ ਸਟੇਸ਼ਨ ਹੀ ਤੇ ਆ ਅਸ ਕਰ ਜਗਾ ਚੱਲਣਾ ਕਰ ਹੋਟਲਾ ਪਰ ਕ੍ਰਾਈ ਮਾਸਟਰ ਅੱਛਾ ਕ੍ਰਾਈ ਮਾਸਟਰ ਕੋ ਠੀਕ ਹੈ ਜੀ ਚਲੋ ਜੀ ਚੱਲਨੇ ਕ੍ਰਾਈ ਮਾਸਟਰ ਪਰ ਇਹ ਆਪਣੇ ਕਸ਼ਮੀਰੀਆ ਨਾ ਦੂਸਰਾ ਬਿਲਕੁਲ ਨੇ ਬੰਦੇ ਬਿਲਕੁਲ ਨੇ ਬੰਦਿਆਂ ਨਾਲ ਆਇਆ ਚਲੋ ਚੱਲਨੇ ਹੋਰ ਚੱਕ ਨੇ ਜਨਾਬ ਕ੍ਰਾਈ ਮਾਸਟਰ ਕੇ ਕ੍ਰਾਈ ਮਾਸਟਰ ਪਰ ਖਾਣਾ ਕਿਸਾ ਆ ਆ ਗਏ ਜੀ ਕ੍ਰਾਈ ਮਾਸਟਰ ਨੇ ਅੰਦਰ ਔਰ ਇਸ ਸਾਈਡ ਅਸੀਂ ਕ੍ਰਾਈ ਤਿਆਰ ਸੀ ਅਸੀਂ ਪਹਿਲੇ ਆਰਡਰ ਕਰ ਚੁੱਕੇ ਸੀ ਚੱਕ ਕਰੋ ਔਰ ਇਸ ਸਾਈਡ ਨਾਲ ਹੀ ਨਾਨ ਅਸਲਾਮ ਅਲੈਕਮ ਲਾਲਾ ਵਾਲੇਕਮ ਸਲਾਮ ਕੀ ਹਾਲ ਹੈ ਜਨਾਬ ਠੀਕ ਹੋ ਨਾ ਅਲਹਮਦੁਲਿਲਾ ਜੀ ਜਨਾਬ ਨਾਲ ਤਲਕ ਕਸ਼ਮੀਰ ਕਰ ਜਗਾ ਨਾਲਾ ਕਸ਼ਮੀਰ ਅਸਾਂ ਤਲਕ ਕਰਾਚੀ ਨਾਲ ਹੈ ਕਰਾਚੀ ਨਾਲ ਪੁਰਾਣੇ ਅੱਛਾ ਪਾਕਿਸਤਾਨ ਨਾਲ ਤਲਕ ਆ ਠੀਕ ਜੀ ਹੋਰ ਸੁਣਾਓ ਸਭ ਹੈਰੀਅਤ ਜੀ ਅਲਹਮਦੁਲਿਲਾ ਨਾਲ ਕਰਮ ਕਿੰਨੇ ਟਾਈਮ ਸੇ ਹੋਟਲ ਰੱਖਿਆ ਉਹਦੇ ਹੋਈ ਗਿਆ ਤਕਰੀਬਨ 20 ਸਾਲ ਹੋ ਗਏ ਅੱਛਾ 20 ਸਾਲ ਹੋ ਗਏ ਪਰ ਟਾਈਮ ਹੋ ਗਿਆ ਆ ਹਾਂਜੀ ਇੰਗਲੈਂਡ ਦੇ ਅੰਦਰ ਕਿੰਨਾ ਟਾਈਮ ਹੋ ਗਿਆ 30 ਸਾਲ ਹੈ ਜੀ ਅੰਗਲੈਂਡ ਨੇ ਅੰਦਰ 30 ਸਾਲ ਦਾ ਹੋਟਲ ਹੈ 20 ਸਾਲ ਜੀ ਮਾਸ਼ਾਅੱਲਾ ਜੀ ਬੜੀ ਗੱਲ ਹੈ ਜੀ ਤੁਸੀਂ ਮੈਂ ਅੰਦਰ ਆਇਆ ਪਈ ਰਹਾ ਹੈ ਜੀ ਕਿ ਇਸ਼ਕ ਜਿਹਾ ਪਿਆਸ ਕੋਲ ਤੱਕਿਆ ਸੀ ਕੁਝ ਤੱਕਿਆ ਸੀ ਤੁਸੀਂ ਚੈਨਲ ਤੱਕਣੇ ਸਰਕਾਰ ਅੱਛਾ ਅੱਛਾ ਸਬਸਕ੍ਰਾਈਬ ਵੀ ਕੀਤਾ ਵਾ ਜਜ਼ਾਕ ਅੱਲਾ ਜਨਾਬ ਮਾਸ਼ਾਅੱਲਾ ਬੜੀ ਅੱਛੀ ਵੀਡੀਓ ਹੋਣੀ ਬੜੀ ਨੌਨ ਖਾਦਾ ਉਸ ਤੋਂ ਬਾਅਦ ਹੁਣ ਮੰਗਾਈ ਹੈ ਜੀ ਤੰਦੂਰੀ ਨੀ ਰੋਟੀ ਔਰ ਮਾਸ਼ਾਅੱਲਾ ਰਹੀ ਯਕੀਨ ਕਰੋ ਕਿ ਇਤਨਾ ਮਜ਼ਾ ਦੇ ਗਈ ਹੈ ਪੈਰਾਂ ਕੋਲੋਂ ਇੰਟਰਵਿਊ ਕਿੰਨੀ ਡੇ ਅਸਾਂ ਉਸ ਲਈ ਫੋਨ ਇੰਨੀ ਮੈਮਰੀ ਫੁੱਲ ਹੋਈ ਗਈ ਸੀ ਇਸ ਵਜ੍ਹਾ ਅਸੀਂ ਪੈਰ ਗੱਲ ਪੂਰੀ ਨਹੀਂ ਕਰ ਸਕੇ ਪੈਰ ਹੀ ਦੱਸਣ ਸੇ ਆਉਣ ਲੱਗੀ ਮੈਂ ਪਹਿਲੇ ਅੱਜ ਤੱਕ ਕਿਹਾ ਮੈਂ ਹੈ ਕਿ ਭਾਈ ਨੇ ਕਿ ਮੈਂ ਖੁਰਾ ਤੱਕਿਆ ਵਾ ਫਿਰ ਅੰਦਰ ਆਇਆ ਜਿਹੜਾ ਥੋੜ੍ਹੇ ਬੋਲਿਆ ਗੱਪ ਛੱਪ ਹੋਈ ਹੈ ਉਸ ਲਈ ਭਾਈ ਨੇ ਸੇਫ ਵੀ ਜਾਣੀ ਕਹਿੰਦਾ ਆ ਚਲੋ ਇੱਥੇ ਹੋਰ ਇਸ ਤਰ੍ਹਾਂ ਕਾਫੀ ਸਾਰੇ ਬੰਦੇ ਮਿਲਣੇ ਨੇ ਉਸ ਤੋਂ ਬਾਅਦ ਅਸਾਂ ਆਏ ਗਏ ਜੀ ਬਹੁਤ ਪੂਲ ਪਾਰਕ ਨੇ ਅੰਦਰ ਹਾਂ ਜਿਹੜੀਆਂ ਫਿਰਨੇ ਤੁਨੇ ਆ ਇਸ ਸੈਟ ਚੱਕ ਕਰੋ ਬੂਟੀਆਂ ਦਾ ਕਲਰ ਉਸ ਤੋਂ ਮੈਂ ਖਜ਼ਾਂ ਆਸਤੇ ਆਸਤੇ ਸੈਸ਼ਨ ਬੜੀ ਖੁੱਲੀ ਪਾਰਕ ਹੀ ਹੈ ਹਾਂ ਹੋਰ ਕੀ ਗਿਆ ਹੈ ਜਾਂ ਲਪੰਗੂਰੇ ਵਰਿਆ ਗਿਆ ਹੈ ਕੋਣੀ ਹੈ ਸਰ ਬੜੀ ਖੁੱਲੀ ਜਗ੍ਹਾ ਹੈ
ਬਿਲਕੁਲ ਇਸ ਸਾਈਡ ਚੈੱਕ ਕਰੋ ਜੰਗਲ ਦੇ ਸਾਰਾ ਪਾਰਕ ਨਾ ਇਸ ਸਾਈਆ ਠੀਕ ਠੀਕ ਇਸ ਤਰ੍ਹਾਂ ਟ੍ਰੇਨ ਜਾਣੀ ਹੈ ਅੱਛਾ ਆਖਰੀ ਪੁਆਇੰਟ ਆ ਇੱਥੇ ਇੱਕ ਸਪੋਰਟ ਰਾਸ ਜੋ ਨਾ ਹੈ ਰਗਬੀ ਅੱਛਾ ਰਗਬੀ ਖੇਡਨੇ ਰਗਬੀ ਵਿੱਚ ਆ ਗਿਆ ਠੀਕ ਠੀਕ ਜੀ ਚੈੱਕ ਕਰੋ ਅੱਗੇ ਚੱਲਨੇ ਅੱਗੇ ਚੱਲਦੇ ਅਸੀਂ ਚੈੱਕ ਕਰਾਣੇ ਆ ਅੱਜ ਜਿਸ ਤਰ੍ਹਾਂ ਅਸੀਂ ਦੱਸਿਆ ਸੀ ਕਿ ਲਾਸਟ ਦਿਨ ਹਮਾਰਾ ਸਟੋਕ ਨੇ ਅੰਦਰ ਸੇ ਮੈਂ ਦੱਸਾਂ ਸ਼ਾਮ ਤੱਕ ਕਿ ਕੁਦਰ ਕੁਦਰ ਜਾਸਾਂ ਹੋਰ ਜਾਂ ਕੁਛ ਨਾ ਮੁਲਾਕਾਤ ਕਰ ਸਕਦੇ ਤੇ चलो चलने दसने इस पार्क ने दरम्यान टनल नजर आया इसने अपनी ट्रेन जानी है ये पार्क ने दरम्यान ट्रेन गुजरी जानी है चेक करो चलो बची बची ट्रेन चेक करो ये स्पीडो स्पीड अस फिरने फिरने आई गए जी लेक ने बाहर इस अच्छा करो लेक इस साइड जानी है ट्रेन नहीं पटरी और इसने नाल इस साइड को लेक अस जाइए फिरने फिरने आ गए चलो चकने इस साइड एक किसने बूटा है आड़ू है ना एप्पल में चका है आड़ू आड़ू लगने एप्पल में चका एप्पल सेब भी हां सेब लगने थे बिल्कुल सेब का बूटा है है पक्के भी क्या होता के है रे चलो इस चलो ना लाई दे माओ बूटे माओ ना लाई दे तेनाली कटे लेना देने वाला दी गली लेकिन ये तो होने के अंगूर खट्टे हुए वो साहब खट्टे है ना वो पसाना साहब नहीं है सेब नहीं होने से तो सेब लाई नो मैं खैर से पेनी खट्टे हुए फिर ही खैर से चलो ठीक है सब बस के नीचे ठीक है मैं के नीचे और इस साइड से चेक कराने हैं जी चेक करो ये बगलियां की किस्म नहीं है और की परिंदा है लगना ये बगलियां वाला बिल्कुल ये जेरी और इस साइड बतखों ऐ चेक करो बतखों डब्बे जे बनाए उसने अंदर रस्से रखे हुए अगर कोई बंदा भी डुबी जाना है सो रस्सा कड्डी ते सट्टो ते उस बंदे भी बचाई सकने हो तो कोई जी चीज फूक होनी ना उसकी पोड़ने ना ठीक ठीक बंदा फिर डुबना नहीं अच्छा अच्छा ठीक ठीक ਜਾਰੀ ਗਲੀ ਉਹ ਜਿਹੜੀ ਫੁਕਲੀ ਚੀਜ਼ ਹੋਣੀ ਇਸ ਤਰ੍ਹਾਂ ਨਹੀਂ ਹੈ ਜਿਸਨੇ ਦਰਾ ਬਾਣੀ ਹੈ ਉਹ ਡੁੱਬਣ ਨਹੀਂ ਦੇਣੀ ਸਹੀ ਜ਼ਬਰਦਸਤ ਚੀਜ਼ ਦੀ ਇਹ ਪਰਿੰਦਾ ਕੈਸ ਨਾ ਕਨ ਹੋਇਆ ਵੈਸੇ ਪਰਿੰਦੇ ਨਾ ਇਸ ਨੂੰ ਪਤਾ ਦੇ ਕੋਣੀ ਕਰੇ ਇਹਨਾਂ ਨੂੰ ਕੋਣੀ ਆਇਰ ਚਿੱਟੇ ਚਿੱਟੇ ਫਿੰਨੇ ਵੇ ਉਹ ਪਾਰ ਚਾ ਕਰੋ ਬਤ ਹਾਂ ਬੋਲੀਆਂ ਵੀ ਹਾਂ ਸਵਾਨ ਨੇ ਹਨੇ ਹਾਂ ਵਾਈਟ ਸਵਾਨ ਬਿਲਕੁਲ ਅੱਜ ਜਿਸਾ ਕੋਈ ਪਤਾ ਨਹੀਂ ਇਹ ਸਰ ਮੌਸਮ ਨਹੀਂ ਠੀਕ ਹੋਣਾ ਬਿਆ चार चार मौसम ठीक हुई जाए सारा कुछ ठीक ही ना अच्छा करो जी माशाल्लाह तो को अगर टाइम अगर कटिया जाए तो इस तरह नहीं कितनी खूबसूरत जगह आई हैं अच्छा और भी बेशुमार इस तरह नहीं जगह हैं फिर तुमने लिया देना ठीक है फिर थोड़ी सकना बंदा अच्छा जी तुम्हें लेक चेक कराई है और इस जगह के बारे में दसो कि रग्बी ग्राउंड आता रग्बी खेलने इंग्लैंड की स्पोर्ट हो अच्छा ਉਹ ਆਨੇ ਕਿ ਉਹਨੇ ਬੜੇ ਬੜੇ ਬਾਦਸ਼ਾਹ ਨਾਲ ਉਹ ਖੇਲਾ ਮਤਲਬ ਕਿ ਜਿਹੜੇ ਬੜੇ ਅਮੀਰ ਤਰੀਨ ਬੰਦੇ ਹੋਣੇ ਉਹ ਖੇਲਨੇ ਉਹ ਇਸੇ ਤਰ੍ਹਾਂ ਤੇ ਟ੍ਰੇਨਿੰਗ ਕਰਨੇ ਹੋਣੇ ਤਾਂ ਟੀਮਾਂ ਹੋਣੀਆਂ ਲਾਦੇ ਲਾਦੀਆਂ ਠੀਕ ਹੈ ਕੀ ਜ਼ਰੂਰਤ ਹੈ ਰਗਬੀ ਕਲੱਬ ਆ ਉੱਥੇ ਉੱਥੇ ਟੀਮ ਦਾ ਕਿ ਟ੍ਰੇਨਿੰਗ ਕਰਨੀ ਹੋਣੀ ਅੱਛਾ ਸਾਲ ਆਰ ਟੋਨੇ ਲਾਦੇ ਲਾਦੇ ਟੀਮਾਂ ਹੋਣੀਆਂ ਠੀਕ ਠੀਕ ਤਾਂ ਉਹਨਾਂ ਨਾਲ ਆਪਣਾ ਲੀਗ ਹੋਣਾ ਜਿਹੜਾ ਪਾਕਿਸਤਾਨ ਕ੍ਰਿਕਟ ਲੀਗ ਨਹੀਂ ਹੋਣਾ ਇਸਦਾ ਲੀਗ ਹੋਣਾ ਪਰ ਕਰੇ ਸੋ ਦੱਸਿਆ ਸੀ ਕਿ ਇਸ ਨੇ ਤਕਰੀਬਨ ਡਿਸਟੈਂਸ 3 ਮੀਲ ਆ और इस इतना कुछ बंदे इसने वैसे पैदल फिरने तुने मारे भी
एक्सरसाइज भी करने और इस साइड चेक करो लेक की माशाल्लाह कितनी खूबसूरत है। ऐसे अच्छी जगह ये इतना फिरने तुमने लिया ना क्या हालत है जिस तरह पहले दसा था कि पिछले व्लॉग ने अंदर भी कि इस तरह की जगह है या कोई चलो फिरने तुमने लिया ठीक है जो गप शप हो जाए टाइम बच्चे स्पेंड हो जाना क्या हालत है। चलो जी अगर चलने असने अपने कश्मीर जो बंदे तकी दे पाकिस्तान चु तकी दे उन्होंने मैं दसना चलना कि तो कहो कि इस साइड लेक ही है लेक ने अंदर जल्द पानी ज्यादा हो जाना आया उस इस साइड ने जगह बनाई भी इतना पानी निकलना है और इस साइड थले नाला आया नाले बहर निकली जाना आया इस तरह पानी चलना रहना है गठा नहीं आना निकलना रहना नाल नाल पानी और पानी आस्ते आस्ते छना रहना तुम्हें पता कि जो सारी साइड होनी है उतना कश्मीर ने अंदर या पाकिस्तान ने अंदर बनिया उन्होंने अंदर पानी खलता हो रहना है गंदा पानी गठा होया रहना है इतने छे महीने शेद भी एक पानी गठा होया रहा है लेकिन इतने तक कि हर चीज़ एक सिस्टम आ इस वजह से मैं सोच चेक कराना यह नहीं कि मैं कोई नहीं बहुत ज्यादा तारीफा करना या इस तरह नहीं मैं आना उतना नहीं है ठीक है वैसे ही मैं तुम्हें दसना कि डिफरेंस उतें ही और इतना ही क्या डिफरेंस आ। अच्छा जी हूँ अस जा रहे हैं एक टनल ही है इतना टनल जुले तकने बारे जुड़ी तो दसने टनल इस साइड जंगल जारी है जंगल ने अंदर टनल ही सुने अस सोचा कि चलो जुड़ी वह भी तकी कि हूँ क्या पता कदू दोबारा स्टॉक की साइड चक्कर लगती इस वजह से वह भी तकी कि रस्सी पुल इस पुल पर अस जा रहे हैं इस साइड तकने से गंदा पानी है सारा इस साइड भी अस टनल ने बिल्कुल करीब पहुंची है इस साइड तक कोई सारा गंदा पानी है इस साइड सामने टनल ही बोटा ना टनल ला बोट इतने विच जाने अच्छा अगे जाने अगे जाने कुछ जाने बोट है अगे जगह जगह राह जाना जरा अच्छा 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 ये कितना अरसा पहले पड़ता तू पुराना है हाँ इसी 200 साल दे 200 क्या तो ज़्यादा है अच्छा ओए चिकन है ये सारा चिकन है सारा ये अजी टनल का नक्शा सारा वेलकम टू हेयर कास्ट टनल क्या करो अच्छा जी अस उधर वापस आए और यकीन करो कि इतनी ज़्यादा थकावट हुई कि आज इतना ज़्यादा अस पैदल चले हैं और वैसे भी तुम्हें पता कि दो त्रै दिन हुई गए तोड़ो दो भी इधर उधर जाना इस वजह से थकावट पहले भी ऐसी है। चलो हूँ तुम्हें दसने कि हूँ अगर कुछ जा सकता शाम टाइम होना ही होना क्या करो कार फोन किया सर कोई बंदे आए और इसके बाद हूँ एक जहाज जासा मैनचेस्टर आह साइड उधर ही अगर जाना सर उधर की जासा वो अगर चलते तुम्हें दसा अच्छा जी जिस तरह तुम्हें दसा सर कि मैनचेस्टर चलते इतने अस आए गए रॉयल नवाब होटल पर या रेस्टोरेंट पर इस साइड इस साइड जी श्याम साहब मौजूद है इस साइड जबरान भाई है तनवीर साहब और नाल ही जवेद साहब अब सारे इतना आए हैं अब मैनचेस्टर जिस तरह मैं तुम्हें दसा सर कि मैनचेस्टर चलसा आए गए मैनचेस्टर तुम दसी तो ना सकने टोन वगैरह जहाँ कि इसलिए रात ना टाइम आ लेकिन कि रॉयल नवाब होटल ना खाना इस तुम चेक करा सा कि इस खाना किस तरह दसिया ने जी बड़ा मशहूर आ भाई दसने से कि पूरे इंग्लैंड ने अंदर बड़ा फेमस आ चलो चेक करने आए खाना इस ना किस तरह ना होना और सामने तुम डिक्सी नज़र आई जी असी डिक्सी भी तो आई हूँ इसने नाम चेंज किया हूँ लिखा ने माई नवाब चलो अंदर चलने हैं चलो जी शाम साहब अज मौका देने जी को
खाना खाने से बाद मिठे ने अंदर आइसक्रीम की अनार की गुलाब जामुन की करो बाकी तो को रश कितना ज्यादा है। असं जी आई गए माई नवाब से बाहर। हाँ जी दसो जी श्याम साहब से मेरे ख्याल पहली बार आए हमारे यार। सुनो खाना कैसा सा? ठीक सा? अच्छा जी सुनो जी खाना कैसा सा? जबरदस्त ठीक से उधर तक तो भैया खाना ठीक है ठीक है ना उस साइड पाइर हो गया गया जाने पे कैमरे नहीं जाने बेहतरीन है। चलो जी खाना बेहतरीन सा और बाकी है कि जिन्होंने बंदे अजे तक ट्राई नहीं किया माई नवाब की स्वयं छोटे ट्राई करो माशाल्लाह बेहतरीन खाना सा और काफ़ी मशहूर भी है मैनचेस्टर ने अंदर और काफ़ी दूरों दूरों बंदे इसने हर वक्त इतने दसने से कि बिजी है रहना हर वक्त रश रहना है खास करी तो वीकेंड पर बहुत ज़्यादा बिजी होना है। चलो नैक्सट इंशाल्लाह दसा कि नैक्सट कुधर जा सा क्या कुछ कर सा अगले ब्लॉग ने अंदर अपना बुसरा ख्याल रखे मिकी दुआ की याद रखे अगर जिंदगी पाक ठीक नहीं बोल मिल सा अल्लाह सुनने वाला।